ਤਸਵੀਰਾਂ ਬਟਾਲਾ ਦੇ ਸਿਵਲ ਕੋਰਟ ਦੀਆਂ ਹਨ ਜਿੱਥੇ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਟ੍ਰਾਂਜਿਟ ਰਿਮਾਂਡ ਤੇ ਲਿਆ ਕੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਹੈ ਜਿੱਥੇ ਕਿ ਮਾਨਯੋਗ ਅਦਾਲਤ ਵੱਲੋਂ ਜੱਗੂ ਭਗਵਾਨਪੁਰੀਆ ਦਾ 10 ਅਕਤੂਬਰ ਤੱਕ 8 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਜੱਗੂ ਦੇ ਵਕੀਲ HS ਜੰਜੂਆ ਨੇ ਦੱਸਿਆ ਹੈ ਕਿ 79-22-307 FIR ਸ਼ਿਕਾਇਤਕਰਤਾ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਕੇਸ ਵਿੱਚ ਪੁਲਿਸ ਵੱਲੋਂ ਅੱਜ ਜੱਗੂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਉੱਧਰ ਦੂਸਰੇ ਪਾਸੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਪੰਨੂ ਦਾ ਕਹਿਣਾ ਹੈ ਕਿ 5 ਜੂਨ 2022 ਦੀ ਦੇਰ ਸ਼ਾਮ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸ੍ਰੀ ਹਰਗੋਬਿੰਦਪੁਰ ਥਾਣਾ ਦੀ ਪੁਲਿਸ ਨੇ 6 ਜੂਨ 2022 ਨੂੰ 307 ਦਾ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਤੌਰ 'ਤੇ ਕਿਸੇ ਦਾ ਵੀ ਨਾਮ ਮੈਂਸ਼ਨ ਨਹੀਂ ਕੀਤਾ ਸੀ। ਪੇਸ਼ ਕੀਤਾ ਜਗਦੀਪ ਨੂੰ ਅੱਜ, ਹਾਂਜੀ, FIR number 79 FIR number 79 /22-307 IPC PA ਸ਼੍ਰੀ ਹਰਗੋਬਿੰਦਪੁਰ। ਇਹਦੇ ਵਿੱਚ ਕੰਪਲੇਨੈਂਟ ਸੀਗਾ ਨਵਦੀਪ ਸਿੰਘ, ਪ੍ਰਧਾਨ ਸੀ ਨਗਰ ਕੌਂਸਲ। ਹਾਂਜੀ 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 ਉੱਥੇ ਕੋਈ ਹਮਲਾ ਹੋਇਆ ਸੀ? ਹਾਂਜੀ ਹਾਂਜੀ, ਉਸ ਮਾਮਲੇ 'ਚ ਵਿੱਚ ਇਹਨਾਂ ਨੇ ਰਿਮਾਂਡ ਲਿਆ ਅਤੇ ਤਰਨ ਤਾਰਨ ਪੁਲਿਸ ਤੋਂ ਟ੍ਰਾਂਜਿਟ ਰਿਮਾਂਡ ਸੀਗਾ। ਕਿੰਨੇ ਦਿਨਾਂ ਦਾ ਰਿਮਾਂਡ? 10 ਤਰੀਕ ਨੂੰ ਪੇਸ਼ ਕਰਨਾ ਕੋਰਟ 'ਚ। ਆਪਣਾ ਕੀ ਨਾਮ? ਮੇਰਾ HS ਜੰਜੂਆ ਰੋਕੇ। HS ਸੰਧੂ ਜੀ ਜੰਜੂਆ ਜੰਡੂ ਜੀ ਜੰਜੂਆ ਹਾਂਜੀ ਜੰਜੂਆ ਜੰਜੂਆ HS ਠੀਕ ਹੈ ਠੀਕ ਹੈ ਥੈਂਕ ਯੂ ਜੀ। ਮੈਂ ਆਪ ਸਭ ਨੂੰ ਅੱਜ ਇਹੀ ਦੱਸਣਾ ਚਾਹੁੰਦਾ ਕਿ ਜਿਹੜਾ ਪਿਛਲੇ ਦਿਨੀ 6-6-2022 ਨੂੰ ਮੇਰੇ 'ਤੇ ਫਾਇਰਿੰਗ ਜਿਹੜੀ ਹੋਈ ਸੀਗੀ ਮੇਰੀ ਗੱਡੀ ਦੇ ਉੱਤੇ, ਔਰ ਜਿਹੜਾ ਪੁਲਿਸ ਵੱਲੋਂ 79 FIR number ਤਹਿਤ ਮੁਕੱਦਮਾ ਜਿਹੜਾ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਦਰਜ ਕਰ ਲਿਆ ਸੀਗਾ। ਅੱਜ ਮੈਨੂੰ ਇਹ ਤੁਹਾਡੇ ਹੀ ਸਾਰੇ ਮੀਡੀਆ ਕਰਮਚਾਰੀਆਂ ਤੋਂ ਹੀ ਪਤਾ ਲੱਗਿਆ, ਜਿਹੜਾ ਤੁਸੀਂ ਰਿਮਾਂਡ ਆ ਜਿਹੜਾ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਮੇਰੇ ਮੁਕੱਦਮੇ ਦੇ ਵਿੱਚ ਜਿਹੜਾ ਲਿਆ ਆ ਉਹਨਾਂ ਨੇ। ਹੋ ਸਕਦਾ ਪੁਲਿਸ ਦੀ ਆਪਣੀ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਆਉਂਦਾ ਹੋਵੇ, ਮੇਰੇ ਵੱਲੋਂ ਅਜਿਹੀ ਕੋਈ ਮਤਲਬ ਲਿਖਤੀ ਇਨਫੋਰਮੇਸ਼ਨ ਜਾਂ ਲਿਖਤੀ ਕੋਈ ਬਿਆਨ ਜਿਹੜਾ ਇਹਦੇ ਸੰਬੰਧ ਦੇ ਵਿੱਚ ਨਹੀਂ ਦਿੱਤਾ ਗਿਆ। ਗੁਰਦਾਸਪੁਰ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।